ਅਸਲਾਮ ਵਾਲੇਕਮ ਮੇਰੇ ਪਿਆਰੋ ਦੋਸਤੋ, ਕਿਆ ਹਾਲ ਚਾਲ? ਠੀਕ ਠਾਕ ਹੈ? ਆਹ ਜਨਾਬ, ਅੱਜ ਤਰਬੂਜ਼ ਲੈ ਕੇ ਆਏ ਹਾਂ। ਮਾਸ਼ਾਅੱਲਾ, ਲਾਲ ਉਹ ਲਾਲ ਹੈਗਾ ਵਾ, 30 ਰੁਪਏ ਕਿਲੋ ਰੇਟ ਹੈਗਾ ਵਾ ਇਹਦਾ। ਅਤੇ ਆਹ ਮਾਸ਼ਾਅੱਲਾ 9 ਕਿਲੋ ਦਾ ਦਾਣਾ ਲੈ ਕੇ ਆਏ ਹਾਂ ਜੀ। ਠੀਕ ਹੈ ਜੀ, ਇਹ ਮਾਸ਼ਾਅੱਲਾ ਸਾਡੀ ਪਾਕਿਸਤਾਨੀ ਆਵਾਮ ਦਾ ਇਹ ਹਾਲਾਤ ਨੇ। ਇਹ ਦੇਖੋ, ਇਹ ਕਿੰਨਾ ਲਾਲ ਸੁਰਖ ਦਾਣਾ ਨੇ, ਅੰਦਰੋਂ ਵੀ ਚੈੱਕ ਕਰੋ। ਇਹ ਜਦੋਂ ਘਰ ਲਿਆ ਕੇ ਚੈੱਕ ਕੀਤਾ ਵਾ, ਅਤੇ ਇਹ ਦੇਖੋ ਜਨਾਬ, ਇਸ ਬੜਾ ਹੀ ਗਰਕ ਹੋਵੇ ਇਹੋ ਜਿਹੇ ਬੰਦਿਆਂ ਦਾ। ਠੀਕ ਹੈ, ਮੁੜ ਕੇ ਕਹਿੰਦੇ ਜੀ ਮੁਲਕ 'ਤੇ ਜ਼ਵਾਲ ਆ ਗਿਆ, ਮੁਲਕ 'ਤੇ ਇਹ ਕੀ ਚੀਜ਼ ਹੋ ਗਈ, ਮੁਲਕ 'ਤੇ ਉਹ ਚੀਜ਼ ਹੋ ਗਈ। ਆਹ ਟੱਕੀ ਲਾ ਕੇ ਦਿੱਤਾ ਜਨਾਬ, ਇਹ ਦੇਖੋ, ਇਹ ਟੱਕੀ ਹੋਈ ਦੀ ਬੰਦ ਹੋ ਗਈ। ਠੀਕ ਹੈ, ਇਹ ਟੱਕੀ ਲਾ ਕੇ ਦਿੱਤਾ ਜਨਾਬ, ਬੜਾ ਪਿਆਰਾ ਦਾਣਾ ਨੇ। ਠੀਕ ਹੈ, ਅਤੇ ਇਹ ਚੈੱਕ ਕਰੋ, ਇਹ ਪਾਕਿਸਤਾਨੀ ਕੌਮ ਦੇ ਹਾਲਾਤ ਨੇ ਜੀ। ਇਹ ਫੁੱਲ ਕੱਚੇ ਦਵਾਣੇ ਤਾਂ ਰੰਗ ਲਾ ਲਾ ਕੇ ਆਵਾਮ ਨੂੰ ਠੋਕੀ ਜਾ ਰਹੇ ਨੇ। ਠੀਕ ਹੈ, ਇਸ ਕੌਮ ਨੂੰ ਜੁੱਤੀਆਂ 'ਤੇ ਲਾ ਕੇ, ਇਸ ਕੌਮ, ਇਹ ਜਿਹੜੀ ਕੌਮ ਨਿੱਕੀ ਨਿੱਕੀ ਕੌਮ ਹੈਗੀ ਹੈ ਨਾ, ਜਿਹੜੀ ਜਿੰਨੀ ਵੀ ਹੈਗੀ ਹੈ, ਇਸ ਚੀਜ਼ਾਂ ਤੋਂ ਬਾਜ਼ ਨਹੀਂ ਆਉਂਦੇ ਹੈਗੇ। ਠੀਕ ਹੈ, ਇਹ ਤਾਂ ਘਰ ਲਿਆ ਕੇ ਥੋੜ੍ਹਾ ਜਿਹਾ ਚੈੱਕ ਕੀਤਾ, ਇਹ ਦੇਖੋ ਨਾ, ਇਹ ਘਰ ਲਿਆ ਕੇ ਚੈੱਕ ਕੀਤਾ, ਇਹ ਰੰਗ ਉਤਰੀ ਜਾ ਰਿਹਾ ਹਲੇ, ਇਹ ਦੇਖੋ ਰੰਗ ਹੀ ਰੰਗ ਹੋਇਆ ਪਿਆ। ਬੇੜਾ ਗਰਕ ਹੋਵੇ ਇਹੋ ਜਿਹਿਆਂ ਦਾ।